ਬੁਰਜ ਜਵਾਹਰ ਵਾਲਾ ਅਤੇ ਬਹਿਬਲ ਕਲਾਂ ਵਿੱਚ ਹੋਏ ਬੇਅਦਬੀ ਮਾਮਲੇ ਤੋਂ ਬਾਅਦ ਰਾਮ ਰਹੀਮ ਦੇ ਨਾਮ ਪ੍ਰਮੁੱਖਤਾ ਤੇ ਦਿੱਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਅੱਜ ਚਲਾਨ ਪੇਸ਼ ਕਰਨ ਤੋਂ ਬਾਅਦ ਰਾਮ ਰਹੀਮ ਦਾ ਨਾਮ ਉੱਚ ਚਲਾਨ ਵਿੱਚੋਂ ਕੱਢ ਦਿੱਤਾ ਗਿਆ। ਇਸ ਬਾਬਤ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਉੱਤੇ ਸਵਾਲ ਵੀ ਚੁੱਕੇ ਗਏ। ਉੱਥੇ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2022 ਦੀਆਂ ਚੋਣਾਂ ਜਦ ਨਜ਼ਦੀਕ ਆ ਰਹੀਆਂ ਨੇ, ਡੇਰਾ ਪ੍ਰੇਮੀ ਰਾਮ ਰਹੀਮ ਦੇ ਨਾਮ 'ਤੇ ਵੋਟਾਂ ਲੈਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਲਾਈਵ ਭਾਰਤ। ਦੇਖੋ, ਮੈਂ ਹਮੇਸ਼ਾ ਹੀ ਇਹ ਕਹਿੰਦਾ ਆਇਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਬੇਅਦਬੀਆਂ ਦਾ ਮਸਲਾ ਹੈ, ਉਹ ਬਹੁਤ ਹੀ ਸਿੱਖਾਂ ਵਾਸਤੇ ਸੰਵੇਦਨਸ਼ੀਲ ਮਸਲਾ ਹੈ। ਇਹਦੇ 'ਤੇ ਕਿਸੇ ਕਿਸਮ ਦੀ ਸਿਆਸਤ ਰਾਜਨੀਤੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਦੋਸ਼ੀ ਜਿਹੜੇ ਹੈ ਉਹ ਬੇਨਕਾਬ ਹੋਣੇ ਚਾਹੀਦੇ ਨੇ। ਜਦੋਂ ਬਰਗਾੜੀ ਦੀ ਘਟਨਾ ਵਾਪਰੀ, ਉਸ ਵਕਤ ਮੈਂ ਬਤੌਰ ਹੈੱਡ ਗ੍ਰੰਥੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਨਿਭਾਉਂਦਾ ਸੀ। ਅਸੀਂ ਵੀ ਬਰਗਾੜੀ ਪਹੁੰਚੇ ਸੀ। ਜਦੋਂ ਕੋਟਕਪੂਰੇ ਧਰਨਾ ਲੱਗਿਆ, ਉਸ ਧਰਨੇ ਦੇ ਵਿੱਚ ਵੀ ਮੈਂ ਮੌਜੂਦ ਸੀ। ਬਹੁਤ ਕੁਛ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਵੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉਹ ਅੰਗ ਜਿਹੜੇ ਬਰਗਾੜੀ ਦੀ ਗਲੀ ਦੇ ਵਿੱਚ ਖਿਲਾਰੇ ਗਏ ਸਨ, ਉਹਦੀ ਸਪੁਰਦਗੀ ਉਸ ਵਕਤ ਜਿਹੜੀ ਖੱਟੜਾ ਦੀ ਅਗਵਾਈ ਦੇ ਵਿੱਚ ਸਿੱਟ ਬਣੀ ਸੀ, ਉਹਨੇ ਸ਼੍ਰੀ ਮੁਕਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਅੰਗਾਂ ਨੂੰ ਸੁਸ਼ੋਭਿਤ ਕਰਵਾਇਆ ਸੀ। ਉਸ ਵਕਤ ਮੈਂ ਉੱਥੇ ਮੌਜੂਦ ਸੀ ਔਰ ਅਸੀਂ ਹੀ ਉਹਨਾਂ ਅੰਗਾਂ ਦੀ ਸਪੁਰਦਗੀ ਜਿਹੜੀ ਆ ਉਹ ਪ੍ਰਾਪਤ ਕੀਤੀ ਸੀ, ਬਕਾਇਦਾ ਉਹਨਾਂ ਦੀ ਗਿਣਤੀ ਕੀਤੀ ਸੀ। ਪਹਿਲੀ ਸੈੱਟ ਨੇ ਇੱਕ FIR ਦਰਜ ਕੀਤੀ ਸੀ, ਜਿਹਦਾ ਨੰਬਰ ਸੀ 63। ਉਸ 63 ਨੰਬਰ FIR ਦੇ ਵਿੱਚ ਜਿੱਥੇ ਮਹਿੰਦਰਪਾਲ ਬਿੱਟੂ ਵਰਗੇ ਦੋਸ਼ੀ ਕਰਾਰ ਦਿੱਤੇ ਗਏ ਸੀ, ਉੱਥੇ ਸੌਦਾ ਸਾਧ ਜਿਹੜਾ ਹੈ ਇਸ ਨੂੰ ਵੀ ਜਿਹੜਾ ਹੈ FIR ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਅਤੇ ਇਹ ਜਿਹੜੀ FIR ਸੀ, FIR ਨੰਬਰ 63, ਇਹ ਬਿਰਜ ਜਵਾਹਰ ਸਿੰਘ ਵਾਲਾ ਵਿਖੇ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਜਿਹੜਾ ਹੈ ਇਹ ਸ਼ਰਾਰਤੀ ਅਨਸਰ ਲੈ ਗਏ ਸਨ, ਉਸ ਬਾਰੇ ਸੀ। ਉਸ ਤੋਂ ਬਾਅਦ ਇੱਕ FIR ਜਿਹੜੀ ਹੈ, FIR ਨੰਬਰ 128, ਇਹ ਦਰਜ ਹੋਈ ਸੀ, ਜਿਹਦੇ ਵਿੱਚ ਵੀ ਸੌਦੇ ਸਾਧ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ ਸੀ। ਔਰ ਹਾਈਕੋਰਟ ਨੇ ਇਹ ਜਿਹੜੇ ਦੋਨੇ ਕੇਸ ਸੀ, ਚਾਹੇ ਉਹ ਬੁਰਜ ਜਵਾਹਰ ਸਿੰਘ ਵਾਲਾ ਕੇਸ ਸੀ, ਚਾਹੇ ਬਰਗਾੜੀ ਵਾਲਾ ਸੀ, ਚਾਹੇ ਗੁਰੂਸਰ ਵਾਲਾ ਸੀ, ਇਹਨਾਂ ਸਾਰੇ ਕੇਸਾਂ ਨੂੰ ਜਿਹੜਾ ਸੀ ਉਹ ਇੱਕ ਸਮਾਨ ਜਿਹੜਾ ਹੈ ਉਹ ਦੱਸਿਆ ਸੀ ਕਿ ਇਹ ਸਾਰੇ ਕੇਸ ਜਿਹੜੇ ਨੇ ਇੱਕ ਦੂਸਰੇ ਨਾਲ ਹੀ ਰਿਲੇਟਡ ਨੇ, ਸਾਰੇ ਕੇਸ ਇਕੱਠੇ ਸਮਝੇ ਸੀ। ਔਰ ਹੈਰਾਨੀ ਦੀ ਗੱਲ ਹੈ ਕਿ ਪਰਸੋਂ ਜਿਹੜੀ FIR ਨੰਬਰ 128 ਦੇ ਤਹਿਤ ਚਲਾਨ ਪੇਸ਼ ਹੋਇਆ, ਇਹ ਜਿਹੜੀ ਸਰਕਾਰ ਵੱਲੋਂ ਨਵੀਂ ਸਿੱਟ ਬਣੀ ਹੈ, ਇਹਨੇ ਚੁੱਪ ਚਪੀਤੇ ਸੌਦੇ ਸਾਧ ਦਾ ਜਿਹੜਾ ਨਾਂ ਹੈ ਉਸ FIR ਦੇ ਵਿੱਚੋਂ ਬਾਹਰ ਕੱਢ ਦਿੱਤਾ। ਜਦਕਿ 63 ਨੰਬਰ FIR ਦੇ ਵਿੱਚ ਉਹਦਾ ਨਾਂ ਜਿਹੜਾ ਸ਼ਾਮਿਲ ਹੈ, ਅਤੇ ਹਾਈਕੋਰਟ ਜਿਹੜਾ ਹੈ ਉਹ ਕਹਿੰਦੀ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਕੇਸ ਅਤੇ ਬਰਗਾੜੀ ਵਾਲਾ ਜਿਹੜਾ ਕਾਂਡ ਹੋਇਆ ਉਹਦਾ ਜਿਹੜਾ ਕੇਸ ਹੈ ਇਹ ਦੋਨੋਂ ਜਿਹੜੇ ਨੇ ਸਮਾਨਾਂਤਰ ਨੇ, ਕੋਰਲੇਟਡ ਨੇ। ਅਤੇ ਜੇ 63 ਨੰਬਰ FIR ਦੇ ਵਿੱਚ ਬਾਬੇ ਦਾ ਨਾਂ ਜਿਹੜਾ ਸੌਦੇ ਸਾਧ ਦਾ ਸ਼ਾਮਿਲ ਹੈ, ਅਤੇ ਫਿਰ FIR 128 ਤਹਿਤ ਜਿਹੜਾ ਚਲਾਨ ਪੇਸ਼ ਕੀਤਾ ਨਵੀਂ ਸਿੱਟ ਨੇ ਉਹਦੇ ਵਿੱਚ ਸੌਦੇ ਸਾਧ ਨੂੰ ਬਾਹਰ ਕਰ ਦੇਣਾ, ਇਹ ਬਹੁਤ ਵੱਡਾ ਸ਼ੱਕ ਪੈਦਾ ਕਰਦਾ, ਇਹ ਬਹੁਤ ਵੱਡੀ ਸਿਆਸਤ ਹੋ ਰਹੀ ਹੈ। ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਇਸ ਮਸਲੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਦੋਸ਼ੀ ਬੇਨਕਾਬ ਹੋਣੇ ਚਾਹੀਦੇ ਨੇ, ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਚੁੱਪ ਚਪੀਤੇ ਜਿਹੜਾ ਨਾਂ ਕਿਉਂ ਬਾਹਰ ਕੱਢ ਦਿੱਤਾ ਗਿਆ ਕਿ 2022 ਦੇ ਵਿੱਚ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਨਾਂ ਦੇ ਵਿੱਚੋਂ ਮਾਈਲੇਜ ਲੈਣੀ ਹੈ, ਕਿਉਂ ਕੱਢਿਆ ਨਾਂ ਬਾਹਰ, ਇਹ ਇੱਕ ਬਹੁਤ ਵੱਡਾ ਜਿਹੜਾ ਹੈ ਸ਼ੱਕ ਪੈਦਾ ਕਰਦਾ। ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਬੇਅਦਬੀ ਦੇ ਮੁੱਦੇ ਦੇ ਉੱਤੇ ਜਿਹੜੀਆਂ ਪੰਥਕ ਧਿਰਾਂ ਨੇ ਕਹਿੰਦੀਆਂ ਨੇ ਕਿ ਅਸੀਂ ਪੰਥਕ ਧਿਰਾਂ, ਔਰ ਬਹੁਤ ਉਹ ਧਰਨੇ ਵੀ ਲਾਉਂਦੀਆਂ ਨੇ, ਮੁਜ਼ਾਹਰੇ ਵੀ ਕਰਦੀਆਂ ਨੇ, ਬਹੁਤ ਚੰਗੀ ਗੱਲ ਹੈ, ਔਰ ਉਹ ਵੀ ਇਸ ਮੁੱਦੇ ਦੇ ਉੱਤੇ ਖਾਮੋਸ਼ ਹੈ। ਉਹਨਾਂ ਦਾ ਇੱਕ ਬਿਆਨ ਤੱਕ ਜਿਹੜਾ ਹੈ ਉਹ ਪੜ੍ਹਨ ਨੂੰ ਨਹੀਂ ਮਿਲਿਆ, ਕੋਈ ਸੁਣਨ ਨੂੰ ਨਹੀਂ ਮਿਲਿਆ।
क्यों सौदे साध का नाम जिहड़ा है परसों जिहड़ा चलान पेश किया है फरीदकोट के 128 नंबर एफ आई आर के संबंध के अखौती सौदे साध का जिहड़ा नाम जिहड़ा है वह बाहर क्यों कढ़िया गया। असी तो यह मंग करते हैं कि जिहड़ा उत्थे जिहड़ी जेल च बंद है हरियाणे दी उस हरियाणे की जेल के इनू इत्थे लिया जाए पंजाब के अंदर और ये तो बिल्कुल तफशीश जी की जाए इतों पूछा जाए इस तो सारा इस घटनाक्रम के जो बरगाड़ी के होया जो बुरज जवाहर सिंह बारा वाले होया इन्हां बारे सौदे साध तो पुछ होनी चाहिए सी पड़ताल होनी चाहिए सी सख्ती दे नाल पुछा जाना सी उन्हों चाहिए सी उन्हों पंजाब दे विच लिया के पर कितने ना कितने ये बहुत वड्डी जिहड़ी है इहदे पिछे साजिश काम करदी नज़र आउंदी है। और मैं सिख जथेबंदियां जिहड़ियां पंथक जथेबंदियां उन्हां नूं भी अपील करूँगा कि इस संबंध दे विच वो जरूर बोलन जरूर विरोध करन असीं उन्हां दे नाल होवांगे। तो ये बहुत ही माड़ा जिहड़ा है परसों जिहड़ा नवीं सैट ने जिहड़ा चलान पेश कीता उहदे चों सौदे साध नूं बाहर कढ़ना साढ़े वास्ते बहुत जिहड़ा है वो एक दर्दमंद जिहड़ा है वो घटना और शक पैदा कर रही है कितने ना कितने सरकारां दी नीत दे उत्ते इहदे च केंद्र सरकार भी जिहड़ी है वो इनवॉल्व हो सकती है। क्यों कढ़िया उसका नाम चाहिए यह है कि सिट जिहड़ी है नवीं बनी ये सौदे साध नूं लिया के इत्थे सख्ती दे नाल पुछ करदी पड़ताल करदी क्योंकि धारा सॉरी 63 नंबर एफ आई आर दे विच उहदा नाम शामिल सी ते जिन्हां बंदियां दा नाम जिहड़ा है शामिल सी 63 नंबर एफ आई आर दे विच उहनां बाकियां तों पुछ पड़ताल की गई है ते सौदे साध तों पुछ पड़ताल क्यों नहीं की गई। पुछ पड़ताल करनी दूर उहदा नाम जिहड़ा एफ आई आर दे विचों बाहर कढ दित्ता गया। इस संबंध दे विच परसों तख्त श्री दमदमा साहिब विखे असी सिख जथेबंदियां दी एक मीटिंग भी बुलाई है जिहदे विच विश्व दियां कोई 100 दे करीब जथेबंदियां शामिल हो रही ने असी उहनां जथेबंदियां दी मीटिंग दे विच भी ये मुद्दा जिहड़ा उठावांगे असी चुप नहीं रहांगे बिल्कुल जिहड़ा है असी बार बार श्री अकाल तख्त साहिब वल्लों भी कह रहे हैं कहा है कि इन्हां बेअदबियां दे मुद्दियां दे उत्ते सियासत नहीं होनी चाहीदी। किड्डी कमाल दी गल है कि सियासत की जा रही है राजनीति की जा रही है बेअदबी दे मसले दे उत्ते और इस राजनीति नूं इस सियासत नूं जिहदा मकसद जिहड़ा है वह चोणां जितना ने विधानसभा दियां इहनूं हरगज़ जिहड़ा है वह बर्दाश्त नहीं किया जा सकता। और असी किसी भी पार्टी नूं चाहे वह अकाली दल है चाहे वह कांग्रेस है चाहे आम आदमी पार्टी है तो चाहे बीजेपी असी बेअदबी के मुद्दों के उत्ते किसी नूं सियासत करन दा जिहड़ा है मौका नहीं देंगे सियासत नहीं करन देंगे सियासत नहीं होनी चाहिए ना किसी जथेबंदी नूं जिहड़ा सियासत करनी चाहिए है ना पार्टियां नूं सियासत करनी चाहिए है ना सरकारां नूं सियासत करनी चाहिए है। सिख इंसाफ मंगदे है और असी इंसाफ जिहड़ा है चाहुंदे हां कि इस बेअदबी के मसले के उत्ते इंसाफ होवे ते जे इंसाफ नहीं मिलता तो असी आप भी इंसाफ लैण दे जिहड़ा है वह समर्थ हाँ। इस करके सरकार का फर्ज़ बनता है कि वह सौदे साध की जिहड़ी है वह पूरी तरह पुछ करे पड़ताल करे कि तेरा नाम जिहड़ा 63 नंबर एफ आई आर के दर्ज होया है जिहदे विच मिंदरपाल बिट्टू का जिहड़ा बयान लिखिया है जिहदे चों कहिंदा है कि पिता जी का हुक्म सी सानू ये काम करन दा ते उहदा नाम बाहर कढ दित्ता कि हैरानी की गल है और शर्म वाली गल है साडे वास्ते असी बोल ही नहीं रहे तो बोलना चाहिए। तो इस मसले के उत्ते मैं एक बार फिर कहांगा कि सियासत जिहड़ी है वह बिल्कुल नहीं होनी चाहिए जे कोई सिखां दा हमदर्द है तो फिर वह सिखां नू इंसाफ की गल करे। मैनू जापदा है कि ये 2022 का जिहड़ा इलैक्शन है उहदे विच ही माइलेज लैण दा जिहड़ा है एक तरीका हैगा क्योंकि वह डेरे का एक वोट बैंक हैगा उस वोट बैंक के उत्ते सारियां पार्टियां की नज़र हैगी है तो सारियां पार्टियां उस वोट बैंक नू कैश करना चाहुंदियां। पर मैं सिखां नू अपील करना चाहांगा कि जिहड़ा भी बंदा इन वोट बैंक के लालच के आके इस तरह की घटिया सियासत करता है वह ਉਹਦੀ ਮੁਖਾਲਫਤ ਜ਼ਰੂਰ ਕਰ ਬਿਲਕੁਲ ਜਿੰਨੀਆਂ ਜਾਂਚਾਂ ਹੋਈਆਂ ਸੈੱਟ ਬਣੀਆਂ ਸਾਰਾ ਕੁਛ ਹੋਇਆ ਸਭ ਨੇ ਹੀ ਜਿਹੜਾ ਹੈ ਸਾਨੂੰ ਤਾਂ ਸਭ 'ਚੋਂ ਸਿਆਸਤ ਨਜ਼ਰ ਆਈ ਹੈ ਕੋਈ ਸੱਚ ਤਾਂ ਸਾਨੂੰ ਕਿਤੇ ਲੱਭਿਆ ਨਹੀਂ ਹੈ ਦਿਸਿਆ ਨਹੀਂ ਹੈ ਅਤੇ ਇਹ ਕੀ ਮੰਦਭਾਗੀ ਗੱਲ ਹੈ ਕਿ ਚੁੱਪ ਚਾਪ ਜਾ ਕੇ ਜਿਹੜਾ ਕੱਲ੍ਹ ਉਹਦਾ ਚਲਾਨ ਪੇਸ਼ ਕੀਤਾ ਜਾਂਦਾ ਅਤੇ ਉਹਦਾ ਨਾਂ ਹੀ ਗਾਇਬ ਕਰ ਦਿੱਤਾ ਜਾਂਦਾ ਸੌਦੇ ਸਾਧ ਦਾ ਫਿਰ ਜੇ ਨਾ ਉਹ ਸ਼ਾਮਿਲ ਨਹੀਂ ਸੀ ਫਿਰ ਧਾਰਾ ਜਿਹੜੀ 63 ਨੰਬਰ ਐੱਫ ਆਈ ਆਰ ਹੈ ਉਹਦੇ ਵਿੱਚ ਦਰਜ ਹੋਇਆ ਸੀ ਮਹਿੰਦਰਪਾਲ ਬਿੱਟੂ ਦੇ ਜਿਹੜਾ ਬਿਆਨਾਂ ਦੇ ਆਧਾਰ ਦੇ ਉੱਤੇ ਨਾਂ ਜਿਹੜਾ ਇਹਦਾ ਦਰਜ ਹੋਇਆ ਸੀਗਾ ਅਤੇ ਇਹਨੂੰ ਚੁੱਪ ਚਪੀ ਅਤੇ ਬਾਹਰ ਕੱਢਣ ਦਾ ਕਾਰਨ ਤਾਂ ਦੱਸਿਆ ਜਾਵੇ ਸੈੱਟ ਦੱਸੇ ਤਾਂ ਸਹੀ ਕਿ ਇਹਦਾ ਨਾਂ ਅਸੀਂ ਕਿਉਂ ਕੱਢਿਆ ਬਾਹਰ
जनतक करे इस गल नूं कि सौदे साध का नाँ जिहड़ा 128 नंबर एफ आई आर दे विचों चलान पेश करदे वक्त बाहर कढ़िया वह क्यों कढ़िया गया यह दसना चाहिए सैट नूं। ਇਹ ਮੰਦਭਾਗੀ ਗੱਲ ਹੈ ਸਾਡੇ ਵਾਸਤੇ। ਦੇਖੋ ਯੂ ਪੀ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੈਗਾ ਕਿ ਜਿਹਦੇ ਦੋ ਬੱਚਿਆਂ ਤੋਂ ਵੱਧ ਬੱਚੇ ਹੋਣਗੇ ਉਹਨੂੰ ਨਾ ਤਾਂ ਜਿਹੜੀਆਂ ਛੋਟੀਆਂ ਇਲੈਕਸ਼ਨਾਂ ਹੁੰਦੀਆਂ ਨੇ ਉਹਦੇ ਵਿੱਚ ਟਿਕਟ ਮਿਲੂਗੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਇਹ ਕਾਨੂੰਨ ਬਣਾਇਆ ਉੱਥੇ ਹੋਵੇ ਜਿਹਦੇ ਇੱਕ ਹੋਊਗਾ ਬੱਚਾ, ਖਾਸ ਤੌਰ 'ਤੇ ਸਿੱਖਾਂ ਦੇ ਹਿੰਦੂਆਂ ਦੇ, ਅਤੇ ਉਹਨਾਂ ਨੂੰ ਵੀ ਜਿਹੜਾ ਇਹ ਟਿਕਟਾਂ ਜਾਂ ਇਲੈਕਸ਼ਨ ਲੜਨ 'ਤੇ ਰੋਕ ਹੋਣੀ ਚਾਹੀਦੀ। ਉਹਦੇ 'ਤੇ ਵੀ ਸਿੱਖ ਅਤੇ ਹਿੰਦੂਆਂ 'ਚੋਂ, ਮੁਸਲਮਾਨ ਤਾਂ ਦੋ ਤੋਂ ਵੱਧ ਹੁੰਦੇ ਆ, ਸਿੱਖ ਅਤੇ ਹਿੰਦੂਆਂ 'ਚ ਜਿਹਦੇ ਇੱਕ ਹੋਊਗਾ ਉਹਨੂੰ ਵੀ ਇਲੈਕਸ਼ਨ ਨਹੀਂ ਲੜਨ ਦਿੱਤੀ ਜਾਣੀ ਚਾਹੀਦੀ। ਬੜਾ ਮੰਦਭਾਗਾ ਸਾਕਾ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਮਨੁੱਖਾਂ ਦੀ ਵੀ ਗਲਤੀ ਹੈ, ਜਿਹੜੇ ਦਰਿਆਵਾਂ ਦੇ ਵਹਿਣ ਹੁੰਦੇ ਆ ਅਸੀਂ ਉਹਨਾਂ ਦਰਿਆਵਾਂ ਦੇ ਵਹਿਣ ਦੇ ਉੱਤੇ ਕਬਜ਼ੇ ਕਰ ਲੈਂਦੇ ਹਾਂ, ਅਸੀਂ ਹੋਟਲ ਬਣਾ ਲੈਂਦੇ ਹਾਂ, ਕਾਰਪੋਰੇਟ ਅਦਾਰੇ ਜਿਹੜੇ ਨੇ ਉੱਥੇ ਪਲਾਜ਼ੇ ਬਣਾ ਲੈਂਦੇ ਆ, ਮੌਲ ਬਣਾ ਲੈਂਦੇ ਆ ਪਹਾੜਾਂ ਦੇ ਵਿੱਚ ਟੂਰਿਸਟਾਂ ਤੋਂ ਮੁਨਾਫਾ ਖੱਟਣ ਦੀ ਲਾਲਸਾ ਦੇ ਵਿੱਚ, ਅਤੇ ਜਦੋਂ ਫਿਰ ਕੁਦਰਤੀ ਆਫਤ ਆਉਂਦੀ ਹੈ ਅਤੇ ਦਰਿਆ ਜਿਹੜੇ ਆਪਣੇ ਪੁਰਾਣੇ ਰਾਹਾਂ ਦੇ ਉੱਤੇ ਜਦੋਂ ਚੱਲਦੇ ਆ ਆਉਂਦੇ ਆ ਅਤੇ ਤਬਾਹੀ ਮੱਚਦੀ ਹੈ, ਅਤੇ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਉਸਾਰੀਆਂ ਨੇ ਉਹਨਾਂ ਨੂੰ ਵੀ ਰੋਕੇ। ਇਹ ਬਹੁਤ ਮੰਦਭਾਗੀ ਘਟਨਾ, ਨਹੀਂ ਹੋਣੀ ਚਾਹੀਦੀ ਸੀ। ਠੀਕ ਹੈ ਜੀ।